ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਪਰਮ ਸਨਮਾਨ ਮਹਾਂਪੁਰਖਾਂ ਦੀ ਹਾਜ਼ਰੀ ਵਿੱਚ ਸ਼੍ਰੀਮਾਨ ਬਾਬਾ ਅਮੀਰ ਸਿੰਘ ਜੀ ਆਪਾਂ ਸਾਰੇ ਹੀ ਗੁਰੂ ਦਰੋਂ ਵਰਸਾਈ ਹੋਈ ਆਤਮਾ ਪਰਮ ਸੰਤ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਮਹਾਰਾਜ ਦੀ 14ਵੀਂ ਬਰਸੀ ਦੇ ਸੰਬੰਧ ਵਿੱਚ ਗੁਰਸ਼ਬਦ ਨਾਲ ਜੁੜਨ ਦਾ ਉਪਰਾ ਲਾਭ ਸਤਿਗੁਰੂ ਜੀ ਦੀ ਰਹਿਮਤ ਅਸੀਸ ਉਦਮ ਸਦਕਾ ਆਪ ਸਰਬੱਤ ਗੁਰੂ ਕੀਆਂ ਸੰਗਤਾਂ ਦੇ ਸਹਿਯੋਗ ਨਾਲ ਸਨਮਾਨਯੋਗ ਮਹਾਂਪੁਰਖਾਂ ਦੀ ਦੇਖ ਰੇਖ ਹੇਠ ਬੜੇ ਸੁਚੱਜੇ ਢੰਗ ਨਾਲ ਜਿੱਥੇ ਇੱਟ ਖੜੱਕਾ ਦੁੱਪੜ ਵੱਜੇ ਨਾਲੇ ਤੱਪੇ ਚੁੱਲ੍ਹਾ ਦੇ ਵਿੱਚ ਗੁਰਮਤਿ ਸਮਾਗਮ ਵੀ ਚੱਲ ਰਹੇ ਨੇ। ਸੋ ਕਿਰਪਾ ਕਰੋ, ਬਖਸ਼ਿਸ਼ ਕਰੋ ਕਿ ਆਪ ਗੁਰੂ ਦੀਆਂ ਸੰਗਤਾਂ ਦੀ ਚਰਨ ਧੂੜ ਲੈ ਸਕੀਏ, ਸ਼ਬਦ ਗੁਰਬਾਣੀ ਕੀਰਤਨ ਦੁਆਰਾ ਸੇਵਾ ਕਰ ਸਕੀਏ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰਹਿਮਤ ਕਰਨ। ਆਓ ਰਾਗ ਮੇਘ ਦੇ ਵਿੱਚ ਸਾਵਣ ਆਇਆ ਹੈ ਸਖੀ, ਭਾਵੇਂ ਅੱਜ ਚਲਾ ਗਿਆ ਪਰ ਕਹਿੰਦੇ ਵੀ ਉਹ ਸੁਣਾਓ। ਰਾਗ ਮੇਘ ਦੇ ਵਿੱਚ ਛੋਟੀ ਜੀ ਬੰਦਿਸ਼ ਹੈ, ਆਪ ਅਸੀਸ ਬਰਸਨ ਹਾ ਸਾਵਣ
Stop.
ਪਤੀ ਹੇ ਸਖੀ ਰਹਿਣ ਦਿਨਸ
ਰਹੇ ਇੱਕ ਰੰਗਾ ਪ੍ਰਭ ਕੋ ਜਾਣੇ ਸਦ ਹੀ ਸੰਗਾ ਠਾਕੁਰ ਨਾਮ ਕੀਓ ਹੁਣ ਵਰਤਨ ਤ੍ਰਿਪਤ ਅਧਾਵ ਹਰ ਤ੍ਰਿਪਤ ਕਵਨ ਬਖਾਨੋ ਅਗਾਧ ਗੋਦ ਕ੍ਰਿਸ਼ਮਿਤ ਨਹੀਂ ਜਾਨੋ ਅਗਾਧ ਗੋਦ ਕ੍ਰਿਸ਼ਮਿਤ ਨਹੀਂ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸ਼ਰਨੀ ਪਰੇ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਸ਼ਰਨੀ ਪਰੇ ਗੁਰ ਪੂਰੇ ਕੀ ਸ਼ਰਨੀ ਪਰੇ ਅਗਾਧ ਚਰਨ ਕਮਲ ਆਤਮ ਆਧਾਰ ਏਕ ਨਿਹਾਰ ਆਗਿਆਕਾਰ ਚਰਨ ਕਮਲ ਆਤਮ ਆਧਾਰ ਏਕ ਨਿਹਾਰ ਆਗਿਆਕਾਰ ਏਕੋ ਬਣਜ ਏਕੋ ਵਿਵਹਾਰੀ ਅਬ ਨ ਜਾਣ ਬਿਨ ਨਿਰੰਕਾਰੀ ਅਬ ਅਬ ਨ ਜਾਣੇ
ਬਿਨ ਨਿਰੰਕਾਰੀ ਅਗਾਧ ਬੋਧ ਕਿਸ਼ਮਿਤ ਨਹੀਂ ਜਾਣੋ ਸੰਤਨ ਕੀ ਮਹਿਮਾ ਕਵਨ ਬਖਾਨੋ ਅਗਾਧ ਬੋਧ ਕਿਸ਼ਮਿਤ ਨਹੀਂ ਜਾਣੋ ਅਗਾਧ ਹਰਖ ਸੋਗ ਦੋਹੋਂ ਦੇਵੋਂ ਕੋਟੇ ਹਰਖ ਸੋਗ ਹਰਖ ਸੋਗ ਹਰ ਸੋਗ ਦੋਹੋਂ ਤੇ ਮੁਖ ਤੇ ਸਦਾ ਅਲਿਪਤ ਜੋਗ ਜੁਗ ਤੇ ਦਿਸੈ ਸਭ ਮੈਂ ਸਭ ਤੇਰੇ ਹੈ ਪਾਰ ਸੰਤਨ ਕੀ ਮਹਿਮਾ ਕਵਨ ਬਖਾਨੋ ਅਗਾਧ ਬੋਧ ਕਿਸ਼ਮਿਤ ਨਹੀਂ ਜਾਣੋ ਪਾਰ
ਮੋਹਿ ਕਿਰਪਾ ਕੀਜੈ ਪੂਰ ਸੰਤਨ ਕੀ ਨਾਨਕ ਦੀਜੈ ਪੂਰ ਸੰਤਨ ਕੀ ਨਾਨਕ ਦੀਜੈ ਪਾਰ ਬ੍ਰਹਮ ਮੋਹਿ ਕਿਰਪਾ ਕੀਜੈ ਤੂਰ ਸੰਤਨ ਕੀ ਨਾਨਕ ਦੀਜੈ ਤੂਰ ਸੰਤਨ ਕੀ ਨਾਨਕ ਦੀਜੈ ਅਗਾਧ ਬੋਧ ਕਿਸ਼ਮਿਤ ਕਵਨ ਬਖਾਨਾ ਅਗਾਧ ਬੋਧ ਕਿਸ਼ਮਿਤ ਨਹੀਂ ਜਾਣੋ ਅਗਾਧ ਬੋਧ ਕਿਸ਼ਮਿਤ ਨਹੀਂ ਜਾਣੋ ਸੰਤਨ ਕੀ ਮਹਿਮਾ ਕਵਨ ਬਖਾਨਾ ਅਗਾਧ ਬੋਧ ਕਿਸ਼ਮਿਤ ਨਹੀਂ ਕਿਸ਼ਮਿਤ ਨਹੀਂ ਜਾਣੋ ਅਗਾਧ ਬੋਧ ਕਿਸ਼ਮਿਤ ਨਹੀਂ ਜਾਣੋ ਕਿਸ਼ਮਿਤ ਨਹੀਂ ਜਾਣੋ ਵਾਹਿਗੁਰੂ ਜੀ ਇੱਕ ਸ਼ਬਦ ਹੋਰ ਸਨਮਾਨ ਜੋ ਮਹਾਂਪੁਰਖਾਂ ਦਾ ਹੁਕਮ ਹੋਇਆ ਪਰ ਮੈਂ ਆਉਂਦੇ ਹੀ ਇੱਕ ਰੀਤ ਬਣਾਈ ਸੀ ਜੇ ਹੁਕਮ ਹੋਵੇ ਤਾਂ ਪੜ੍ਹੀਏ ਭਾਦੋਏ ਪਰਮ ਭੁੱਲੀ ਪਰ ਜੋਗਣ ਪੁਸ਼ਤਾਣੀ ਜਲ ਥਲ ਵੀਰ ਪਰੇ ਬਰ ਸੁਰਤੇ ਰੰਗ ਮਣ ਬਾਬੀਹਾ ਬੋਲੇ ਬਾਬੀਹਾ ਬੋਲੇ ਪਿਓ 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 ਚਵੇ ਪਿਓ ਪਿਓ ਚਵੇ ਬਾਬੀਹਾ ਪਿਓ ਪਿਓ ਚਵੇ ਬਾਬੀ ਪਰ ਜੋਬਨ
ਬਾਬੀ Mark.
ਪਿਓ ਜਵੇ ਬਾਬੀ ਹਾ ਬੋਲੇ, ਬਾਬੀ ਹਾ ਬੋਲੇ, ਬਾਬੀ ਹਾ ਬੋਲੇ। ਬਾਬਾ ਜੀ ਦਾ ਹੁਕਮ ਹੋਇਆ ਸੀ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨਾਲ ਇੱਥੇ ਬੈਠ ਕੇ ਹੀ ਕੀਰਤਨ ਕਰਦੇ ਸਨ, ਉਹਨਾਂ ਦੀ ਬੜੀ ਪਿਆਰੀ ਬੰਦਿਸ਼ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਮੰਝ ਮੁਹੱਬਤ ਤੇਰੀ ਤੋ ਸਹਿ ਚਰਨੀ ਮੈਂਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਈਏ। ਨਦੀ ਤਰੰਦੜੀ, ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਖੋਜ ਨਾ ਖੁੰਬੈ, ਮੰਝ ਮੁਹੱਬਤ ਤੇਰੀ, ਮੰਝ ਮੁਹੱਬਤ ਤੇਰੀ, ਮੰਝ ਮੁਹੱਬਤ ਤੋ ਸਹਿ ਚਰਨੀ ਮੈਂਡਾ ਹੀ ਅੜਾ ਸੀਤਮ, ਤੋ ਸਹਿ ਚਰਨੀ ਮੈਂਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ, ਤੋ ਸਹਿ ਚਰਨੀ ਮੈਂਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ, ਹਰ ਨਾਲ ਤੁਲਹਾ ਬੇੜੀ, ਹਰ ਨਾਲ ਤੁਲਹਾ ਬੇੜੀ। ਨਦੀ ਤਰੰਦੜੀ, ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਮੰਝ ਮੁਹੱਬਤ ਜੀਓ ਮਹ ਜਾਤਾ
ਪਸੀ ਜਾਨੀ ਤੋਹ ਜੀਓ ਮਹਨ ਜਾਤਾ ਬੋਹਿਆ ਕਦ ਪਸੀ ਜਾਨੀ ਕਦ ਪਸੀ ਹਾਜ਼ਰੀ ਭਰਦਿਆਂ ਆਪ ਸਰਬੱਤ ਗੁਰੂ ਕੀਆਂ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਦਿਆਂ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਹਜ਼ੂਰੀ ਦਾ ਆਨੰਦ ਮਾਣਦਿਆਂ ਸ਼ਬਦ ਗੁਰਬਾਣੀ ਕੀਰਤਨ ਕਰਦਿਆਂ ਹੋਈਆਂ ਬਿਆਨ ਬੇਅੰਤ ਭੁੱਲਾਂ ਗਲਤੀਆਂ ਖਿਪਾਂ ਬਖਸ਼ਿਸ਼ ਕਰਨੀਆਂ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ